ਕਰਕੇ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਪੰਜਾਬ ਚ ਲਿਆਉਣ ਦੀ ਗੱਲ ਕੀਤੀ ਹੈ ਜਾਂ ਰਿਹਾਈ ਦੀ ਮੰਗ ਕੀਤੀ ਹੈ ਜੀ? ਨਹੀਂ, ਪੰਜਾਬ ਚ ਲਿਆਉਣ ਦੀ ਹੈ ਜੀ। ਪੰਜਾਬ ਚ ਹਾਂਜੀ ਅਸੀਂ ਮੰਗ ਕੀਤੀ ਸਾਡੇ ਬੱਚਿਆਂ 16-17 ਦੇ ਨੂੰ ਜਿਹੜੇ ਭੁੱਖ ਹੜਤਾਲ ਦੇ ਬੈਠਿਆਂ ਨੂੰ, ਅਤੇ ਅਸੀਂ ਤਾਂ ਇਹੀ ਉਹਦੇ ਮੰਗ ਕੀਤੀ ਵੀ ਤੁਹਾਡੇ ਤਾਂ ਸਾਡੀ ਪਹੁੰਚ, ਸਾਡੀ ਹੋਰ ਤਾਂ ਕਿਸੇ ਤਾਂ ਪਹੁੰਚ ਨਹੀਂ ਹੈਗੀ। ਅਤੇ ਉਹਨਾਂ ਸਾਨੂੰ ਯਕੀਨ ਦਵਾਇਆ ਹੈ ਵੀ ਅਸੀਂ ਵੀ ਆਪਦੀ ਮੀਟਿੰਗ ਕਰਕੇ ਅਤੇ ਛੇਤੀ ਤੋਂ ਡਾਲ ਕਰਾਉਣ ਦੀ ਵੀ ਯਤਨ ਕਰਾਂਗੇ। ਭੁੱਖ ਹੜਤਾਲ ਮਟਾਉਣ ਦੀ ਕੋਈ ਨੀ, ਸਾਡੇ ਕੋਈ ਨੀ ਆਇਆ। ਡਿਬਰੂਗੜ੍ਹ ਜਿਹੜੇ 3 ਸਿੰਘ ਨੇ ਉਹ ਤਾਂ ਸਾਡੇ ਬਹੁਤ ਹੀ ਮਾੜੀ ਹਾਲਤ 'ਚ ਹੋਏ ਪਏ ਨੇ ਇਸ ਟਾਈਮ, ਅਤੇ ਦੂਜੇ ਥੋੜ੍ਹੇ ਜਿਹੇ ਸਾਖਦੇ ਨੇ ਵੀ ਦੂਜੇ ਥੋੜ੍ਹੇ ਠੀਕ ਨੇ, ਅਤੇ 3 ਸਾਡੇ ਜਿਹੜੇ ਨੇ ਉਹ ਤਾਂ ਬਹੁਤ ਹੀ ਜ਼ਿਆਦਾ ਹੋਏ ਪਏ ਨੇ ਨਾ, ਮਤਲਬ ਬਹੁਤ ਹੀ ਜ਼ਿਆਦਾ ਢਿੱਲੇ ਹੋਏ ਪਏ ਨੇ। ਦੂਜਿਆਂ ਨੂੰ ਆਸ ਇੱਦਾਂ ਕਿਸੇ ਦਾ 8 ਕਿਲੋ, ਕਿਸੇ ਦਾ 10 ਕਿਲੋ, ਕਿਸੇ ਦਾ 5 ਕਿਲੋ, ਸਾਰਿਆਂ ਦੇ ਭਾਰ ਘੱਟ ਗਏ ਨੇ, 3 ਬੰਦਿਆਂ ਦੀ ਜ਼ਿਆਦਾ ਸਾਨੂੰ ਸਮੱਸਿਆ ਆ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਸਾਡੀ ਸਭ ਤੋਂ ਸਰਮੌਰ ਸੰਸਥਾ ਹੈਗੀ ਅਕਾਲ ਤਖ਼ਤ ਸਾਹਿਬ। ਅਸੀਂ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ, ਅੱਜ ਦੁਬਾਰਾ ਸਾਰੇ ਪਰਿਵਾਰ ਆਣ ਕੇ ਅਤੇ ਬੇਨਤੀ ਕੀਤੀ ਆ ਕਿ ਤੁਸੀਂ ਕੋਈ ਇਹਨੂੰ ਡਿਲੇ ਨਾ ਕਰੋ, ਕੋਈ ਸਖ਼ਤ ਫੈਸਲਾ ਲਓ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਕੋਈ ਆਵਾਜ਼ ਪਹੁੰਚੇ, ਕਿਉਂਕਿ ਸਰਕਾਰ 'ਤੇ ਇੰਨੀ ਮਕਾਰੀ ਹੋ ਚੁੱਕੀ ਆ ਕਿ ਉਹਨਾਂ ਨੂੰ ਪਤਾ ਨਹੀਂ ਕੋਈ ਦੁੱਖ ਦਰਦ ਹੈ ਹੀ ਨਹੀਂ ਆ ਵੀ ਕਿਤੇ ਆ ਕੇ ਅਸੀਂ ਕੋਈ ਗੱਲ ਕਰੀਏ, ਉਹਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੀਏ। ਪਰ ਸਰਕਾਰ ਦਾ ਛੋਟੇ ਤੋਂ ਵੱਡੇ ਤੱਕ ਕੋਈ ਨੁਮਾਇੰਦਾ ਅਜੇ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ, ਅਤੇ ਅਸੀਂ ਤੁਹਾਨੂੰ ਦੱਸਿਆ ਕਿ ਆਪਣੀ ਸਿੱਖ ਕੌਮ ਦੀ ਤਾਂ ਮੇਨ ਪਹੁੰਚ ਇੱਥੋਂ ਤੱਕ ਹੁੰਦੀ ਆ। ਇਹਨਾਂ ਨੂੰ ਕਿਹਾ ਕਿ ਤੁਸੀਂ ਸਰਕਾਰ ਲਈ ਆਪਣੇ ਲੋਕਾਂ ਨੂੰ ਤਾਂ ਕੋਈ ਜਥੇਬੰਦੀਆਂ ਨੂੰ ਕੋਈ ਸੱਦਾ ਦਿਓ, ਕੋਈ ਨਾ ਕੋਈ ਰੋਸ ਮਾਰਚ ਕਰਨ ਦਾ ਕੋਈ ਸਖ਼ਤ ਕੋਈ ਕਰੋ ਕੋਈ ਪ੍ਰੋਗਰਾਮ, ਅਤੇ ਤਾਂ ਕਿ ਉਹਨਾਂ ਨੂੰ ਕੋਈ ਪਤਾ ਲੱਗੇ। ਨਹੀਂ, ਉਹ ਸਾਨੂੰ ਕਿਹਾ ਗਿਆ ਸੀਗਾ CP ਅੰਮ੍ਰਿਤਸਰ ਵੱਲੋਂ ਕਿ ਤੁਹਾਡੀ ਹੋਮ ਸੈਕਟਰੀ ਨਾਲ ਮੀਟਿੰਗ ਕਰਾਵਾਂਗੇ, ਪਰ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਜੁਆਇੰਟ ਸੈਕਟਰੀ ਸੀ ਜੋ PCS ਅਧਿਕਾਰੀ, ਉਹਦੇ ਨਾਲ ਸਾਡੀ ਮੁਲਾਕਾਤ ਹੋਈ ਹੈ। ਉਹਨਾਂ ਨੇ ਸਾਨੂੰ ਇਹੀ ਪੜ੍ਹ ਪੜ੍ਹ ਕੇ ਦੱਸੀ ਗਏ ਆ ਕਿ ਕਾਨੂੰਨ ਦੇ ਤਹਿਤ ਇੱਦਾਂ ਇੱਦਾਂ ਸੀਗਾ। ਕਾਨੂੰਨ ਦਾ ਤਾਂ ਚਲੋ ਸਾਨੂੰ ਜਿੰਨਾ ਕੁ ਜਾਣਕਾਰੀ ਆ, ਅਸੀਂ ਤਾਂ ਤੁਹਾਨੂੰ ਕੋਈ ਜ਼ਿਆਦਾ ਮੰਗ ਨਹੀਂ ਕਰਦੇ। ਅਸੀਂ ਤਾਂ ਕਹਿੰਦੇ ਹਾਂ ਕਿ 18 ਤਰੀਕ ਤੋਂ ਤੁਸੀਂ ਕਹਿੰਦੇ ਵੀ ਸ਼ਿਫਟ ਹੋਣੇ ਸ਼ੁਰੂ ਹੋਣੇ ਇੱਧਰ ਜਿਹੜੇ ਉੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਵਾ, ਅਤੇ ਤੁਸੀਂ ਉਹਨਾਂ ਨੂੰ 2 ਹਫ਼ਤੇ ਪਹਿਲਾਂ ਇੱਥੇ ਲੈ ਆਓ, ਤਾਂ ਕਿ ਜਿਹੜੀ ਉਹਨਾਂ ਦੀ ਭੁੱਖ ਹੜਤਾਲ ਜਿਹੜੀ ਉਹਨਾਂ ਅਰਦਾਸ ਕੀਤੀ ਹੋਈ ਆ ਉਹਦੇ ਵਿੱਚ ਉਹਨਾਂ ਨੂੰ ਕਾਮਯਾਬ। ਸੂਬਾ ਸਰਕਾਰ ਦਾ ਤਾਂ ਕੋਈ ਪਤਾ ਨਹੀਂ ਕਿ ਉਹਨਾਂ ਦੇ ਕੋਈ ਇਹੋ ਜਿਹੀ ਸਰਕਾਰ ਹੈ ਕਿ ਜਿਹੜੀ ਮੇਰਾ ਖਿਆਲ ਰਾਤ ਨੂੰ ਲੇਟ ਸੌਂਦੀ ਆ ਅਤੇ ਸਵੇਰੇ ਉੱਠਦੀ ਨਹੀਂ ਆ। ਜੇ ਕੋਈ ਬੰਦਾ ਟਾਈਮ ਨਾਲ ਉੱਠਦਾ ਉਹਨੂੰ ਪਤਾ ਲੱਗਦਾ, ਅਤੇ ਉਹਨੂੰ ਪਤਾ ਲੱਗਦਾ ਪੰਜਾਬ ਦੇ ਕੀ ਹਾਲਾਤ ਲੋਕਾਂ ਨੇ ਜਿਹੜਾ ਚੁਣਿਆ ਵਾ, ਕਾਹਦੇ ਵਾਸਤੇ ਚੁਣਿਆ, ਲੋਕਾਂ ਦੀ ਦੁੱਖ ਦਰਦ ਵਾਸਤੇ ਕਿ ਆਪਣੀਆਂ ਮਸ਼ਹੂਰੀਆਂ ਕਰਨ ਵਾਸਤੇ, ਕਦੀ ਜਹਾਜ਼ 'ਤੇ ਚੜ੍ਹੇ ਅਤੇ ਦਿੱਲੀ ਚਲ ਗਏ, ਅਤੇ ਕਦੇ ਦਿੱਲੀ ਹੋ ਗੁਜਰਾਤ ਚਲੇ ਗਏ। ਨਹੀਂ ਜੀ, ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ। 16-17 ਦਿਨ ਜੇਲ੍ਹ 'ਚ ਹੋ ਚੁੱਕੇ, ਇੱਕ ਫੈਸਲਾ ਇੱਥੇ ਹੋ ਚੁੱਕਿਆ, ਹੁਣ ਤੱਕ ਸਰਕਾਰ ਵੱਲੋਂ ਕੋਈ ਪਹਿਲਕਦਮੀ ਕੀਤੀ ਗਈ? ਕੋਈ ਪਹਿਲਕਦਮੀ ਕਿਸੇ ਨਾਲ, ਕੋਈ ਨੁਮਾਇੰਦਾ ਸਰਕਾਰ ਦਾ, ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੋਲ ਕਿਸੇ ਦੇ। ਵਰਤਾਰਾ ਤਾਂ ਆਪ ਸਭ ਦੇ ਸਾਹਮਣੇ ਹੀ ਹੈ, ਸਾਰੇ ਉੱਥੇ ਸਿੰਘ ਭੁੱਖ ਹੜਤਾਲ ਦਿੱਤੇ ਨੇ, ਇੱਥੇ ਪਰਿਵਾਰ ਸਾਰੇ ਭੁੱਖ ਹੜਤਾਲ 'ਤੇ ਬੈਠੇ ਆ। ਸਰਕਾਰਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ, ਕੋਈ ਨੁਮਾਇੰਦਾ ਅੱਜ ਤੱਕ ਪੁੱਛਣ ਵੀ ਨਹੀਂ ਆਇਆ ਕਿਸੇ ਨੂੰ ਵੀ, ਜਾਂ ਇਸੇ ਨੂੰ ਮਸਲੇ ਨੂੰ ਕਿੱਦਾਂ ਸੁਲਝਾਇਆ ਜਾਏ, ਕੋਈ ਪਹਿਲ ਕੀਤੀ ਗਈ ਕਿਸੇ ਵੱਲੋਂ, ਕੋਈ ਪਹਿਲ ਨਹੀਂ ਕਰਦਾ। ਹੁਣ ਸਾਡੇ ਸਿਰਮੌਰ ਜਥੇਦਾਰ ਸਾਹਿਬ ਨੇ ਸਾਰੇ ਪਰਿਵਾਰ ਉਹਨਾਂ ਨੂੰ ਬੇਨਤੀ ਕਰਨ ਆਏ ਸੀ,
ਕਿ ਆਪ ਇਹਦੇ 'ਚ ਦੇਖੋ ਸਿੰਘਾਂ ਨੂੰ, ਕੱਲ੍ਹ ਨੂੰ ਕਿਸੇ ਸਿੰਘ ਦਾ ਨੁਕਸਾਨ ਹੋ ਜਾਏਗਾ ਉਹਦੇ ਬਾਅਦ ਕੁਛ ਕੀਤਾ ਜਾਏਗਾ, ਉਸ ਤੋਂ ਪਹਿਲਾਂ ਇਸ ਨੂੰ ਕਿਸ ਤਰ੍ਹਾਂ ਸੁਲਝਾਇਆ ਜਾਏ ਮਸਲੇ ਨੂੰ। ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰਦੇ ਕਿਉਂਕਿ ਸਾਰਾ ਹਰਿਤੇ ਸਟ੍ਰੀਟ ਤੇ ਵੀ ਧਰਨੇ ਤੇ ਬੈਠੇ ਆਪਣੇ ਉੱਪਰ ਉੱਧਰ ਵੀ ਜੇਲ੍ਹ 'ਚ ਬੈਠੇ ਹੋਏ ਨੇ? ਸੰਗਤਾਂ ਨੂੰ ਇਹੀ ਅਪੀਲ ਹੈ ਜੋ ਸਾਡੇ ਨਾਲ ਅੱਜ ਹੋ ਰਿਹਾ ਕੱਲ੍ਹ ਉਹਨਾਂ ਨਾਲ ਵੀ ਹੋਣਾ, ਤੋ ਸਾਰੇ ਇਕਜੁੱਟ ਹੋ ਕੇ ਆ ਕੇ ਇੱਥੇ ਮੋਰਚੇ 'ਤੇ ਬੈਠੋ, ਸਰਕਾਰਾਂ ਥੋੜ੍ਹੀਆਂ ਉਹਨਾਂ ਦੇ ਕੰਨਾਂ 'ਚ ਆਵਾਜ਼ ਪਹੁੰਚੇ ਕਿ ਲੋਕ ਵੀ ਇਹਨਾਂ ਦੇ ਨਾਲ ਨੇ, ਇਹਨਾਂ ਦੇ ਮਸਲੇ 'ਤੇ ਆ ਕੇ ਸਰਕਾਰਾਂ ਕੁਛ ਹੱਲ ਕੱਢਣ ਉਹਦਾ। ਤੁਹਾਡੀ ਗੱਲ ਹੋਈ ਜੇਲ੍ਹ? ਹਾਂਜੀ, ਉਹਨਾਂ ਦਾ ਆਉਂਦਾ ਹੈ ਰੋਜ਼ ਫੋਨ 2-4 ਮਿੰਟ ਕਰਾਉਂਦੇ, ਕਿਉਂਕਿ ਸਾਰਿਆਂ ਦੀ ਸਿਹਤ ਬਹੁਤ ਮਾੜੀ ਹੈ, ਤਾਂ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਆਸਾਂ ਵਾਲੇ ਨੇ, ਤਾਂ ਇੱਥੇ ਪੰਜਾਬ ਸਰਕਾਰ ਨੂੰ ਕਿੰਨੀ ਵਾਰੀ ਉਹਨਾਂ ਨੇ ਕਿਹਾ ਕਿ ਚਿੱਠੀਆਂ ਲਿਖ ਕੇ ਬੋਲਿਆ ਕਿ ਸਾਰਿਆਂ ਦੀ ਸਿਹਤ ਬਹੁਤ ਮਾੜੀ ਹੈ, ਕੱਲ੍ਹ ਨੂੰ ਕਿਸੇ ਨੂੰ ਵੀ ਕੁਝ ਹੋ ਜਾਂਦਾ ਤਾਂ ਉਹਦੇ ਲਈ ਪੰਜਾਬ ਪ੍ਰਸ਼ਾਸਨ ਜੋ ਜੇਲ੍ਹ ਹੈ ਉਹੀ ਜ਼ਿੰਮੇਵਾਰ ਹੋਏਗਾ। ਲੇਕਿਨ ਹਾਲੇ ਪੰਜਾਬ ਪ੍ਰਸ਼ਾਸਨ ਸਰਕਾਰਾਂ ਵੱਲੋਂ ਕੋਈ ਵੀ ਉਹਨਾਂ ਦੀ ਵਾਰ ਵਾਰ ਅਸਮ ਜੇਲ੍ਹ ਵੱਲੋਂ ਕਹਿਣ ਦੇ ਬਾਵਜੂਦ ਵੀ ਕੋਈ ਵੀ ਕਦਮ ਨਹੀਂ ਉਠਾਇਆ ਗਿਆ। ਬਿਲਕੁਲ ਆਪਦੇ ਸਾਹਮਣੇ ਹੈ, ਬਿਲਕੁਲ ਅਣਦੇਖੀ, ਕੋਈ ਨੁਮਾਇੰਦਾ ਨਹੀਂ ਆ ਰਿਹਾ, ਨਾ ਉੱਥੇ ਉਹਨਾਂ ਕੋਲ ਕੋਈ ਪਹੁੰਚ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਇਸ ਮਸਲੇ ਨੂੰ ਹੱਲ ਕੀਤਾ ਜਾਏ। ਮੁਲਾਕਾਤ ਕਰਕੇ ਆਏ? ਹਾਂਜੀ, ਜਦੋਂ ਮੈਨੂੰ ਪਤਾ ਲੱਗਿਆ ਸੀ ਕਿ ਕਲਸੀ ਸਾਹਿਬ ਉਹ ਸਾਰੇ ਸਿੰਘਾਂ ਨੇ ਪੁੱਕੜਤਾਲ ਰੱਖੀ ਹੈ, ਉਦੋਂ ਮੈਂ ਗਈ ਸੀ, ਹਫ਼ਤਾ ਕੁ ਹੋ ਗਿਆ ਹੈ ਮੈਨੂੰ, ਉਦੋਂ ਉਹਨਾਂ ਨਾਲ ਮੁਲਾਕਾਤ ਕਰਕੇ ਆਈ, ਉਹਨਾਂ ਨੇ ਸਾਰਾ ਵਰਤਾਰਾ ਦੱਸਿਆ ਕਿ ਅੰਦਰ ਕੀ ਹੋਇਆ ਕਿੱਦਾਂ, ਅਤੇ ਉਦੋਂ ਹਫ਼ਤਾ ਹੋ ਗਿਆ ਮੈਨੂੰ ਉਹਨਾਂ ਨੂੰ ਮੁਲਾਕਾਤ ਕੀਤੇ ਹੋਏ।